ਯੂ ਵਾਟ ਯੂ ਆਰ ਅਵਟਾਰ ਯੂ ਗੋਇੰਗ ਟੂ ਡਰਾ ਬੇਟਾ ਇਟਸ ਲਾਕਡਾਊਨ ਕੁਝ ਤਾਂ ਕਰ ਲਓ ਕਬੀਰ ਤੂੰ ਕੁਝ ਕਰਾ ਨਹੀਂ ਪਤਾ ਲਾਕਡਾਊਨ ਚ ਕੋਈ ਕੰਮ ਕੁੰਮ ਤਾਂ ਦਾ ਨਹੀਂ ਤੈਨੂੰ ਕੋਈ ਆਫਰੀ ਮਮਾ ਕਿਵੇਂ ਬੋਲਦੀ ਸਰ ਹੁਣ ਦੱਸ ਐਕਟ ਕਰ ਦਿਖਾ ਬੋਲ ਕੇ ਹੈ ਮੇਰੀ ਐਕਟਿੰਗ ਕਰਨ ਦੀ ਲੋੜ ਨਹੀਂ ਬੇਟਾ ਟੇਕ ਯੂ ਪੇਪਰ ਐਂਡ ਪੈਨਸਲ ਚਲੋ ਜਾ ਕੇ ਹੁਣ ਕੁਛ ਨਾ ਕੁਛ ਡਰਾ ਕਰ ਚਲੋ ਤਾਂ ਠੀਕ ਆ ਤੂੰ ਕਰ ਕੀ ਰਹੀ ਹੋਣੀ ਤੇ ਮੈਂ ਆਪਣੀ ਨਕਸ਼ੇ ਬਣਾਉ ਰਹੀ ਹਾਂ ਇਹ ਸਾਡੀ ਸਸਤੀ ਆਰਕ ਆਕੀ ਟੇਕਾ ਸਸਤੀ ਆਰਕੀਟੈਕਟ ਨਕਸ਼ੇ ਬਣਾ ਰਹੀ ਆ ਮਗਰ ਫੋਟੋ ਦੇਖੋ ਕਿੰਨੀ ਕਹਿਣ ਲੱਗੀ ਆਡੀ ਇਹ ਫੋਟੋ ਹੈਗੀ 2014 ਦੀ ਜਦੋਂ ਮੈਂ ਹਲਕਾ ਜਵਾਨ ਹੁੰਦਾ ਸੀ ਲੈ ਹੁਣੇ ਨਕਸ਼ਾ ਬਣਾ ਰਹੀ ਮੈਂ ਨਹੀਂ ਤੈਨੂੰ ਰੱਬ ਦੇ ਵਾਸਤੇ ਕੁਝ ਨਾ ਦਿਖਾਉ ਉਹ ਫੇਰ ਗੱਲਾਂ ਕਰ ਲੋ ਜਿਹੜਾ ਕੁਝ ਕਰਨਾ ਹਾਂ ਮੇਰਾ ਕੰਪਲੀਟ ਨਹੀਂ ਹੋਇਆ ਵਰਕ OK ਕਿੰਨੇ ਪੈਸੇ ਚਾਰਜ ਕਰਨਾ ਨਕਸ਼ੇ ਦੇ 2 ڈالر ਦੇ ਕੋਈ ਨਹੀਂ ਕਹੀਦਾ ਹੁੰਦਾ ਕਿਸੇ ਦੀ ਨਾ ਉਹ ਨਾ ਕਰਿਆ। ਇਸ ਤੋਂ ਬਾਅਦ ਜੀ ਅਸੀਂ ਵੀਡੀਓ ਸ਼ੂਟ ਕਰਨ ਲੱਗਣਾ ਇਹ ਜਦੋਂ ਸਾ ਅਸੀਂ ਫ੍ਰੀ ਟਾਈਮ ਹੁੰਦੇ ਆ ਨਾ ਸਾਡਾ ਫ੍ਰੀ ਟਾਈਮ ਇਹ ਮੈਡਮ ਨਕਸ਼ੇ ਬਣਾਉਣ ਲੱਗ ਜਾਂਦੀ ਸੀ ਘਰਾਂ ਦੇ ਸਾਡੇ ਬੱਚੇ ਪੇਂਟ ਆਏ ਰਪਾਵੇ ਬਿਲਕੁਲ ਨਹੀਂ ਉਏ ਛੱਟ ਲੱਗੀ। ਕਵੀਰ ਜਦੋਂ ਹਲਾਉਣਾ ਨਾ ਮੈਨੂੰ ਆਫਰੀਨ ਬੇਟਾ ਮੈਨੂੰ ਉਡਾਣਾ ਸੁਣਾ ਦੋ ਈ ਦੀ ਸਸ ਹਾ ਹਾ ਜਸਾ ਲੈ ਨੋ ਆ ਵੀ ਤੂੰ ਸੁਣਾ ਦੇ ਹੋਰਾ ਆਰਾ ਈ ਦੀ ਸਸ ਹਾ ਕਾ 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 ਗਾ ਗਾ ਆ ਵੀ ਤੇ ਇੱਕ ਬਾਤ ਬੋਲਦੀ ਐ ਇੱਕ ਬਾਤ ਹੁੰਦੀ ਐ ਚਿੜੀ ਵਾਲੀ ਵੀ ਚਿੜੀ ਹੁੰਦੀ ਸੀ ਮੀ ਆ ਗਿਆ ਟਾਂਡੇ ਭਿੱਜ ਗਏ ਰਿਮੈਂਬਰ ਰਿਮੋਰੋਲਡ ਤੈਨੂੰ ਦੱਸਿਆ ਸੀ ਬਤ ਮੈਂ ਸੀ ਫੋਰਗਟਿਡ ਨੋ ਮੈਂ ਗਲਤ ਗੱਲ ਆਫ ਨਹੀਂ ਬੇੜਾ ਤੈਨੂੰ ਯਾਦ ਕਰਨਾ ਚਾਹੀਦਾ ਤੈਨੂੰ ਯਾਦ ਨਹੀਂ ਹੈਗਾ ਹੈ ਸੀ ਵੋ ਗਾਟ ਇਟ ਕਟ ਕਟ ਮਾ ਕਟ ਕਟ ਡਟ ਕੋਟ ਨਹੀਂ ਕੋਈ ਨਹੀਂ ਚਲੋ ਆਇਓ ਕਰੋ ਪੇਂਟ ਕਰੋ ਪੇਂਟ ਕਰੋ ਆ ਦੇਖੋ ਜੀ ਬੱਚਿਆਂ ਨੂੰ ਪੇਂਟਿੰਗ ਸਿਖਾਈ ਜਾ ਰਹੀ ਹੈ ਮੈਂ ਤੁਹਾਨੂੰ ਦਿਖਾਉਣਾ ਅਸੀਂ ਬਚਪਨ ਵਿੱਚ ਕਿੱਦਾਂ ਪੇਂਟਿੰਗ ਕਰਦੇ ਹੁੰਦੇ ਸੀਗੇ ਆ ਦੇਖੋ ਸਾਡੀ ਪੇਂਟਿੰਗ ਸਾਨੂੰ ਪਤਾ ਕੀ ਦਿਖਾਇਆ ਜਾਂਦਾ ਸੀਗਾ ਵੀ ਝੌਂਪੜੀ ਬਣਾਓ ਅਸੀਂ ਐ ਬਣਾਉਣੀ ਐਦਾਂ ਕਰਕੇ ਐਦਾਂ ਕਰਕੇ ਐ ਝੌਂਪੜੀ ਬਣਾ ਲੈਣੀ ਸੀ ਤੇ ਐਦਾਂ ਸਕੂਲ ਦੇ ਵਿੱਚ ਬਹੁਤ ਲੋਕਾਂ ਨੇ ਕੀਤੀ ਹੋਈਆਂ ਡਰਾਇੰਗ ਕਮੈਂਟ ਕਰਕੇ ਦੱਸਿਓ ਇਹਦੇ ਵਿੱਚ ਨਾ ਇੱਥੇ ਕਿਸੀ ਬੱਲੇ ਉਹ ਲਾਉਂਦੇ ਸੀ ਐਂ ਕਰਕੇ ਇੱਥੇ ਮੋਗਾ ਲਾ ਗੜ ਦਿੰਦੇ ਸੀ ਐਦਾਂ ਕਰਕੇ ਦਰਵਾਜ਼ਾ ਬਣਾਉਂਦੇ ਸੀਗੇ ਇੱਥੇ ਇੱਕ ਰੱਖ ਦਿੰਦੇ ਸੀ ਅਸੀਂ ਆਹ ਟਾਕੀ ਤੇ ਇੱਥੇ ਜਾਂਦਾ ਸੀ ਇੱਟਾਂ ਲਾਉਂਦੇ ਸੀਗੇ ਹਨਾ ਅਸੀਂ ਪਤਾ ਹੀ ਕਰਦਾ ਸੀ ਮੈਂ ਇੱਥੇ ਕੀ ਕਰਦਾ ਸੀ ਮੈਨੂੰ ਬ੍ਰਾਊਨ ਨੂੰ ਬ੍ਰਾਊਨ ਤੋਂ ਬ੍ਰਾਊਨ ਬ੍ਰਾਊਨ ਹਾਂ ਇੱਥੇ ਮੈਂ ਕੀ ਕਰਦਾ ਹੁੰਦਾ ਸੀਗਾ ਮੋਸਟਲੀ ਪਹਿਲਾਂ ਵੀ ਬ੍ਰਾਊਨ ਹੀ ਸੀ ਤੇ ਆਹ ਕਹਾਜ ਆ ਵੀ ਉੱਪਰ ਕਾ ਲੱਗਿਆ ਹੋਇਆ 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 ਹਨਾ ਤੇ ਵੀਰ ਹੁਣ ਇੱਥੇ ਕੀ ਕਰ ਦਿੰਦਾ ਸੀ ਮੈਂ ਪੱਥਰ ਜੇ ਬਣਾਉਂਦਾ ਸੀ ਲੇਕਿਨ ਪੱਥਰ ਨਹੀਂ ਦੇ ਵੀ ਬਾਅਰ ਪੱਥਰ ਲਾਇਆ ਹੋਇਆ ਮਿੱਟੀ ਜਿਹੜੇ ਪੱਥਰ ਟਾਈਪ ਜਿਹੜਾ ਇੱਟਾਂ ਲੱਗਦੀਆਂ ਨੇ ਐ ਇਹਦੇ ਇਹ ਪੱਥਰਾਂ ਦੇ ਵਿੱਚ ਜਿਹੜਾ ਪੱਥਰ ਲੱਗ ਗਏ ਇਹਨਾਂ ਵਿੱਚ ਰੰਗ ਭਰ ਦਤਿਆਂ ਦ ਸੀ ਅਲੱਗ-ਅਲੱਗ ਜਿੱਕਣ ਜਿਹੜਾ ਕਲਰ ਭਰੋ ਆ ਦੇਖੋ ਜਿੱਕਣ ਐਜ ਲਾਲ ਭਰਤਾ ਹਨਾ ਲਾਲ ਦੋ ਤਿੰਨ ਪੱਥਰ ਲਾਲ ਕਰਦੇ ਨੇ ਤੇ ਡਿਫਰੈਂਟ ਡਿਫਰੈਂਟ ਕਲਰ ਦਾ ਬਲੂ ਦਾ ਬਲੂ ਬਲੂ ਤੇ ਬਾਈ ਵੈਸੇ ਨੇ ਕਾਲੇ ਇਹਦੇ ਵਿੱਚ ਆਹ ਬਲੂ ਕਲਰ ਕਰਤਾ ਜਿੱਕਣ ਇਧਰ ਬਲੂ ਕਰਤਾ ਹਨਾ ਇਧਰ ਬਲੂ ਕਰਤਾ ਤੇ ਕੋਈ ਹੋਰ ਦੋ ਬੇਟਾ 그린 ਦੇ ਦਿਓ ਚਲੋ ਆ ਗ੍ਰੀਨ ਕਲਰ ਕਰਤਾ ਤੇ ਕਬੀ ਟਿਕ ਜਾ ਯਾਰ ਤੂੰ ਇਹਨੂੰ ਕਰ ਲੈਣ ਦੇ ਪੇਂਟਿੰਗ ਆਈ ਏਮ ਗ੍ਰੇਟ ਆਰਟਿਸਟ ਆ ਕਰਤਾ ਹਾਂ ਤੇ ਆ ਦੇ ਦੋ ਬਤ ਇੱਕ ਦਾ ਬਰਾਊਨ ਕਰ ਦਿੰਦੇ ਆ ਚਲੋ ਤੇ ਉਸ ਤੋਂ ਬਾਅਦ ਇੱਕ ਦਾ ਸੀ ਪਿੰਕ ਕਰ ਦਿੰਦੇ ਸੀ ਮਤਲਬ ਸੌਰੀ ਕਿਹੜਾ ਹੈ ਪਰਪਲ ਬੇਟਾ ਕੋਈ ਹੋਰ ਕਲਰ ਦੋ ਮੈਨੂੰ yellow ਦੋ yellow 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 ਵੀ डोंਟ ਹੈਵ yellow ਜਿਹੜਾ ਵੀ orange orange ਦੇ ਦੇ orange ਕਲਰ ਦੇ ਦੇ ਬਤ ਤਦ ਆ オレンジ ਕਲਰ ਹੋ ਗਿਆ ਹਨਾ ਤੇ ਆ ਬੱਲਵਜੇ ਦੀ ਰੰਗਜ ਕਰਨ ਦੇ ਹਲਕਾ ਇਹਦੇ ਵਿੱਚ ਅਸੀਂ ਦੋ ਤਿੰਨ ਕਲਰ ਭਰ ਦਿੰਦੇ ਸੀ ਵੀ ਕਾ ਸੁਕਾ ਲੱਗੇ ਹਰਾ ਕਾ ਲੱਗੇ ਤੇ ਫਿਰ ਆ ਦਰਵਾਜ਼ਿਆਂ ਨੂੰ ਵੀ ਅਸੀਂ ਰੰਗ ਕਰ ਦਿੰਦੇ ਸੀਗੇ ਇੱਥੇ ਕੀ ਕਰ ਦਿੰਦੇ ਸੀ ਗ੍ਰੀਨ ਕਲਰ ਦੋ ਬੇਟਾ ਥਿਸ ਇਜ਼ ਗ੍ਰੀਨ ਇੱਥੇ ਅਸੀਂ ਨਾ ਕਾ ਕਾ ਲਾ ਕੇ ਵੀ ਕਾ ਲੱਗਿਆ ਹੋਇਆ ਐ ਕਾ ਲਾ ਲੈਣਾ ਤੇ ਇੱਥੇ ਇੱਕ ਅਸੀਂ ਹਲਕਾ ਜਿਹਾ ਗਰੀਵ ਜਿਹਾ ਦਰਖਤ ਬਣਾਉਣੇ ਸੀ ਐ ਟਾਹਣੀਆਂ ਲਾ ਕੇ ਹਨਾ ਐ ਐ ਕਰਕੇ ਕਵੀ ਟਿਕ ਜਾ ਯਾਰ ਇਹਦੇ ਨਾਲ ਫਿਰ ਪੱਤੇ ਲਾਣੇ ਇਹਦੇ ਨਾਲ ਪੱਤੇ ਲਾਣੇ ਹਨਾ ਐ ਪੱਤੇ ਲਾ ਕੇ ਇਹਨੂੰ ਰੰਗ ਕਰ ਦੇਣਾ ਇਹ ਆ ਗ੍ਰੀਨ ਬਣ ਗਿਆ ਥੋੜਾ ਜਿਹਾ ਹਲਕਾ ਜਿਹਾ ਗ੍ਰੀਨ ਕਰਦਾ ਇੱਥੇ ਰੋਟੀ ਪਕਾਣੇ ਉਹਨੇ ਪਿੱਟੇ ਚੋਂ ਓਟਾ ਕਹਿੰਦਾ ਓਟਾ ਓਟਾ ਐ ਕਰਕੇ ਇੱਥੇ ਸੀ ਛੋਟੇ ਪਤਲੇ ਪਤਲੇ ਦੋ ਟਿੱਡੂ ਟਿੱਡੂ ਇਹ ਇੱਥੇ ਸੀ ਬਣਾਉਂਦੇ ਸੀ ਕਿ ਪਹਾੜ ਆ ਬਣ ਕੇ ਪਹਾੜ ਇਹਦੇ ਵਿੱਚ ਲਾਲ ਰੈੱਡ ਤੋਂ ਬਿਡ ਰੈੱਡ ਆ ਅਸੀਂ ਸੂਰਜ ਬਣਾਉਂਦੇ ਸੀ ਕਿ ਵੀ ਸਵੇਰੇ ਸੂਰਜ ਚੜਦਾ ਇੱਥੋਂ ਤੇ ਐਦਾਂ ਦੀ ਪੇਂਟਿੰਗ ਹੁੰਦੀ ਸੀ ਸਾਡੀ ਉਸ ਟਾਈਮ ਸਕੂਲਾਂ ਦੇ ਵਿੱਚ ਦੇਖੋ ਸਾਡੀ ਚੌਂਪੜੀ ਦੇ ਉੱਪਰ ਬੱਲੂ ਲੱਗਿਆ ਹੈ ਆਫਰੇ ਕਿੰਦਾ ਮੇਰੀ ਪੇਂਟਿੰਗ ਲਾਇਕ ਲੱਗੀ ਥੋੜੀ ਜੀ ਥੋੜੀ ਜੀ ਲਾਇਕ ਥੋੜੀ ਜੇ ਹੁਣ ਜਵਾਕਾਂ ਦੀ ਪੇਂਟਿੰਗਾਂ ਜੀ ਆਲਰੇਡੀ ਬਣੀਆਂ ਬਣਾਈਆਂ ਆਉਂਦੀਆਂ ਨੇ ਇਹਨਾਂ ਵਿੱਚ ਨੇ ਰੰਗ ਹੀ ਪਰਨ ਸਾਡੇ ਲਈ ਤਾਂ ਸਾਰਾ ਕੁਝ ਮੈਨੂਅਲ ਹੁੰਦਾ ਸੀ ਅੱਜ ਕੱਲ ਦਾ ਸਾਰਾ ਕੁਝ ਆਲਰੇਡੀ ਮੇਡ ਚੰਗਾ ਹੁਣ ਅਗਲਾ ਵਲੌਗ ਲੈ ਕੇ ਆਵਾਂਗੇ ਤੁਹਾਡੇ ਸਾਹਮਣੇ ਕਿਸੇ ਹੋਰ ਟੌਪਿਕ ਤੇ ਤੁਸੀਂ ਜਦ ਤੱਕ ਪੇਂਟਿੰਗ ਦੇਖੋ ਤੇ ਆਪਣੇ ਬੱਚੇ ਨੂੰ ਦਿਖਾਓ ਕਿ ਕਿੱਦਾਂ ਪੇਂਟਿੰਗ ਕਰੀਦੀ ਹੈ ਧੰਨਵਾਦ